ਭੈਣਾਂ ਤੁਸੀਂ ਸਕਰੀਨ ਤੋਂ ਪਹਿਲਾਂ ਦੇਖੀਆਂ, ਗੱਲਬਾਤ ਵੀ ਉਹਨਾਂ ਨਾਲ ਕਰਾਂਗੇ ਆਪਾਂ। ਪਰ ਇੱਕ ਤੁਹਾਨੂੰ ਦੱਸ ਦਈਏ, ਕੁਦਰਤ ਦਾ ਕਰਿਸ਼ਮਾ, ਇੱਕ ਆਹ ਕੁੜੀ ਆ, ਇਹਦੀ ਹਾਈਟ ਸਾਡੇ ਨੋਰਮਲ ਜਿਵੇਂ ਅਸੀਂ ਆਮ ਲੋਕ ਰਹੇ ਨੇ ਉਹਨਾਂ ਵਰਗੀ ਆ, ਪਰ ਇਹ ਕੁੜੀ ਉਹਨਾਂ ਦੀ ਇਹ ਭੈਣਾ ਹੈ ਨਾ। ਹੈਰਾਨੀ ਵਾਲੀ ਗੱਲ ਕਿ ਕੁਦਰਤ ਕਿੱਡੇ ਵੱਡੇ ਭੇਤ ਛੁਪਾਈ ਬੈਠੀ ਆ। ਕੁਦਰਤ ਦਾ ਕਹਿੰਦੇ ਨੇ ਕੋਈ ਮੁੱਲ ਨਹੀਂ, ਕੋਈ ਆਪਾਂ ਨੂੰ ਸਮਝ ਨਹੀਂ ਸਕਦੇ। ਭੈਣੇ ਕੀ ਨਾਂ ਤੁਹਾਡਾ? ਬਲਜੀਤ ਕੌਰ। ਅੱਛਾ, ਇਹਨਾਂ ਦੀ ਹਾਈਟ ਬਹੁਤ ਘੱਟ ਆ ਨਾ ਤੁਹਾਡੇ ਨਾਲੋਂ? ਹਾਂਜੀ। ਤੇ ਤੁਸੀਂ ਪਰਿਵਾਰ ਚ ਕਿੰਨੇ ਜਣੇ ਹੋ? ਜਿੰਦਗੀ ਹੱਸ ਖੇਡ ਕੇ ਕੱਟਣ ਵੀ ਮੇਰੀਆਂ ਭੈਣਾਂ ਨੂੰ ਪਰਮਾਤਮਾ ਨੇ ਕੀ ਕੀਤਾ? ਮਨ ਚ ਦੁੱਖ ਹੋਇਆ ਕਦੇ? ਇਹ ਤਾਂ ਹੁੰਦਾ ਕਿ ਚਲੋ ਮੈਂ ਤੁਰਦੀ ਆ, ਉਹਨਾਂ ਨੂੰ ਵੀ ਚਾਹੀਦਾ ਸੀਗਾ ਹਨਾ। ਚਲੋ ਇੱਕ ਕਹਿੰਦੇ ਹੁੰਦੇ ਨਾ, ਇੱਕ ਹੋਵੇ ਮਾਂ ਫਿਰ ਵੀ ਸਬਰ ਕਰ ਲੈਂਦੀ ਆ, ਕਿੱਥੇ ਤਿੰਨ ਤਿੰਨ ਏਦਾਂ ਆ ਨਾ। ਉਹ ਵੀ ਦੇਖ ਕੇ ਹੁੰਦਾ ਆ ਕਿ ਮੈਂ ਤੁਰਦੀ ਆ, ਮੇਰੇ ਨਾਲ ਤੁਰਦੀਆਂ ਹੁੰਦੀਆਂ। ਚਲੋ ਜਿੱਥੇ ਕਈ ਵਾਰ ਏਦਾਂ ਹੁੰਦਾ ਕਿ ਭੈਣਾਂ ਦਾ ਸਾਥ ਚਾਹੀਦਾ ਹੁੰਦਾ ਆ, ਸਾਥ ਤਾਂ ਚਲੋ ਹਰ ਜਗ੍ਹਾ ਦਿੰਦੇ ਆ, ਏਦਾਂ ਦੀ ਕੋਈ ਗੱਲ ਨਹੀਂ ਆ। ਪਰ ਥੋੜਾ ਕਈ ਵਾਰ ਮਹਿਸੂਸ ਹੋ ਜਾਂਦਾ ਕਿ ਏਦਾਂ, ਪਰ ਸਾਨੂੰ ਏਦਾਂ ਨਹੀਂ ਹੈਗਾ। ਅਸੀਂ ਕਦੀ ਜਾਂ ਕਹਿ ਲਓ ਕਿ ਸਾਨੂੰ ਕਿਸੇ ਚੀਜ਼ ਤੋਂ ਪ੍ਰੋਬਲਮ ਹੋਵੇ, ਅਸੀਂ ਹੱਸ ਖੇਡ ਕੇ ਹੀ, ਸਾਡਾ ਪਿਆਰ ਵੀ ਬਹੁਤ ਆ, ਲੜਾਈ ਵੀ ਬਹੁਤ ਹੁੰਦੀ ਆ। ਉਹਨਾਂ ਚੋਂ ਇਹਨਾਂ ਤਿੰਨਾਂ ਚੋਂ ਕਿਹੜੀ ਤੇਜ਼ ਆ ਲੜਨ? ਸਾਰੇ ਬੋਲਦਾ ਹੈ ਬਈ, ਸਾਰੇ ਲੜਦੇ ਹੋ? ਜਿੱਥੇ ਭਾਈ ਇੱਕ ਪਰਿਵਾਰ ਕੱਟ ਰਹਿੰਦੇ, ਕਹਿੰਦੇ ਹੁੰਦੇ ਨੇ ਚਾਰ ਭਾਂਡੇ ਖੜਕਦੇ ਤਾਂ ਹੈਗੇ। ਸੱਚੀ ਹੋਏ, ਚਾਰੇ ਭਾਂਡੇ ਨੇ, ਚਾਰੇ ਭਾਂਡੇ ਆਪਸ ਦੇ ਵਿੱਚ ਖੜਕਦੇ ਨੇ, ਬਹੁਤ ਵਧੀਆ ਗੱਲ ਆ। ਪਰ ਇੱਕ ਗੱਲ, ਅਸੀਂ ਸੱਚੇ ਖੁਸ਼ ਹੋ ਗਏ ਇਹਨਾਂ ਦੀ ਵੀਡੀਓ ਦੇਖ ਕੇ, ਕਿ ਜ਼ਿੰਦਗੀ ਜਿੰਦਾਬਾਦ ਦਾ ਨਾਂ ਜਿਹੜਾ ਨਾ ਉਹ ਸਾਹਮਣੇ ਆ, ਉਹ ਤਸਵੀਰ ਆ, ਕਿਉਂਕਿ ਜ਼ਿੰਦਗੀ ਜਿੰਦਾਬਾਦ ਹੈ। ਸੱਚੀਓ ਹੱਸ ਮੁੱਕ ਨੇ ਮੇਰੀਆਂ ਭੈਣਾਂ, ਤੇ ਅਸੀਂ ਦੁਆ ਕਰਦੇ ਹਾਂ ਕਿ ਪਰਮਾਤਮਾ ਇਹਨਾਂ ਨੂੰ ਹਮੇਸ਼ਾ ਖੁਸ਼ ਰੱਖੇ। ਤੇ ਆਓ ਹੁਣ ਇਹਨਾਂ ਭੈਣਾਂ ਨਾਲ ਵੀ ਤੁਹਾਡੀ ਗੱਲਬਾਤ ਕਰਾਉਣਾ। ਸਕਾਈ ਨਿਊਜ਼ ਪੰਜਾਬ ਦੀ ਖਾਸ ਪੇਸ਼ਕਸ਼ ਲੈ ਕੇ ਅੱਜ ਅਸੀਂ ਹਾਜ਼ਰ ਹੋਏ ਹਾਂ ਰਾਮਾ ਮੰਡੀ ਦੇ ਵਿੱਚ। ਸਤਿ ਸ਼੍ਰੀ ਅਕਾਲ ਜੀ, ਸਕਾਈ ਨਿਊਜ਼ ਪੰਜਾਬ ਦੇਖ ਰਹੇ ਹੋ, ਮੈਂ ਜਗਦੀਪ ਸਿੰਘ। ਅਸੀਂ ਇਸ ਵੇਲੇ ਜਲੰਧਰ ਦੇ ਰਾਮਾ ਮੰਡੀ ਦੇ ਵਿੱਚ ਮੌਜੂਦ ਹਾਂ। ਗੱਲਾਂ ਬਾਤਾਂ ਜਿਹੜੀਆਂ ਅੱਜ ਕਰਾਂਗੇ ਅਸੀਂ, ਤੁਸੀਂ ਪਹਿਲਾਂ ਵੀ ਸਕਰੀਨ ਤੋਂ ਦੇਖ ਚੁੱਕੇ ਹੋ, ਕਿਉਂਕਿ ਜਿਹੜੇ ਕੁਦਰਤ ਦਾ ਇੱਕ ਆਪਾਂ ਗੱਲ ਕਹਿ ਦਿੰਦੇ, ਕੁਦਰਤ ਬਹੁਤ ਬਲਵਾਨ ਹੈ, ਕੁਦਰਤ ਦਾ ਇੱਕ ਕ੍ਰਿਸ਼ਮਾ ਹੀ ਕਹਿ ਦਈਏ, ਜਾਂ ਕੋਈ ਇਹਨਾਂ ਪਰਿਵਾਰਾਂ ਲਈ ਬਦਕਿਸਮਤੀ ਕਹਿ ਦਈਏ। ਪਰ ਫਿਲਹਾਲ ਜਿਹੜੇ ਇਹ ਲੋਕ ਤੁਸੀਂ ਸਕਰੀਨ ਤੋਂ ਦੇਖੇ ਨੇ, ਜਿੰਦਾ ਦਿਲ ਇਨਸਾਨ ਲੋਕ ਨੇ, ਕਿਉਂਕਿ ਜਿਹੜੇ ਆਪਦੇ ਹੱਥਾਂ ਦੀ ਕਿਰਤ ਕਰਕੇ ਰੋਟੀ ਗੋਜੀ ਕਮਾ ਰਹੇ ਨੇ, ਪਰਿਵਾਰ ਦਾ ਪਾਲਣ ਪੋਸ਼ਣ ਕਰ ਰਹੇ ਨੇ। ਤਿੰਨ ਭੈਣਾਂ ਨੇ, ਤਿੰਨੇ ਭੈਣਾਂ ਦਾ ਜਿਹੜਾ ਕੱਦ ਹੈ ਬਹੁਤ ਹੀ ਘੱਟ ਹਾਈਟ ਦੀਆਂ ਕੁੜੀਆਂ ਨੇ। ਫਿਲਹਾਲ ਪੂਰੀ ਗੱਲਬਾਤ ਕੀ ਹੈ, ਪਰਿਵਾਰ ਦੇ ਵਿੱਚ ਕੌਣ ਕੌਣ ਨੇ, ਸਾਰੀ ਆਪਾਂ ਗੱਲਬਾਤ ਤੇ ਚਰਚਾ ਕਰ ਲੈਂਦੇ ਹਾਂ। ਹਾਂਜੀ ਭੈਣੇ, ਸਤਿ ਸ਼੍ਰੀ ਅਕਾਲ। ਕੀ ਨਾਮ ਤੁਹਾਡਾ? ਮੇਰਾ ਨਾਮ ਮੀਨਾ। ਹਾਂਜੀ, ਕਿੰਨੀ ਏਜ ਹੈ ਤੁਹਾਡੀ? 33 ਜਿਹੜੀ 33 ਸਾਲ ਦੇ ਤੁਸੀਂ, ਤੇ ਤੁਹਾਡਾ ਕੱਦ ਕਿੰਨਾ ਹੈਗਾ? ਮੇਰਾ 3 ਫੁੱਟ 7 ਇੰਚ। 3 ਫੁੱਟ 7 ਇੰਚ। ਜਿਹੜੇ ਉਹ ਦੂਜੇ ਨੰਬਰ ਤੇ ਭੈਣ ਜੀ ਬੈਠੇ ਨੇ, ਉਹਨਾਂ ਦਾ ਕੀ ਨਾਮ? ਵੱਡੇ ਨੇ ਤੁਹਾਡੇ ਤੋਂ? ਹਾਂਜੀ। ਇਹਨਾਂ ਦੀ ਕਿੰਨੀ ਏਜ ਆ? ਇਹਨਾਂ ਦੀ 35। 35 ਜਿਹੜੀ 43 ਸਾਲ ਦੇ ਨੇ? 35 ਸਾਲ, ਸੌਰੀ 35 ਸਾਲ ਦੇ। ਹਾਂ 35। ਹਾਂ ਹਾਂਜੀ। ਤੇ ਉਹ ਦੂਸਰੇ ਤੀਜੇ ਨੰਬਰ ਤੇ ਨੇ? ਉਹ 28 ਸਾਲ ਦੇ। 28 ਸਾਲ ਦੇ ਨੇ, ਠੀਕ ਆ। ਅੱਛਾ, ਜਿਵੇਂ ਆਪਾਂ ਆਫ ਕੈਮਰਾ ਗੱਲ ਕਰ ਰਹੇ ਸੀ, ਤੁਹਾਡੀ ਤਾਂ ਮੈਰਿਜ ਹੋ ਚੁੱਕੀ ਹੈ? ਹਾਂਜੀ। ਕਿੰਨਾ ਚਿਰ ਹੋ ਗਿਆ? ਮੇਰੇ 4 ਸਾਲ। 4 ਸਾਲ ਹੋ ਗਏ। ਬੇਬੀ ਹੈ ਕੋਈ? ਹਾਂਜੀ, ਬੇਟਾ ਹੈਗਾ। ਕਿੰਨੇ ਸਾਲ ਦਾ? 2 ਸਾਲ ਦਾ। ਉਹਨਾਂ ਦੀ ਹਾਈਟ ਦਾ ਕਿਵੇਂ ਲੱਗਦਾ ਫਿਰ? ਉਹ ਤਾਂ ਠੀਕ ਹੈ, ਡਾਕਟਰ ਨੇ ਕਿਹਾ। ਹਾਂਜੀ, ਠੀਕ ਹੈ। ਬਿਮਾਰ ਵੀ ਹੋ ਗਿਆ ਸੀ, ਕੱਲ ਵੀ ਟੈਸਟ ਕਰਵਾਏ ਆ, ਤੇ ਡਾਕਟਰ ਕਹਿੰਦੇ ਹਾਈਟ ਤੇ ਗਰੋਥ ਕਰ ਰਿਹਾ ਜੀ। ਹਾਂਜੀ। ਤੇ ਤੁਹਾਡੇ ਹਸਬੰਡ ਨੇ ਜਿਹੜੀ, ਉਹਨਾਂ ਦੀ ਫਿਰ ਹਾਈਟ ਦਰਮਿਆਨ ਦੀ ਤੁਹਾਡੇ ਤੋਂ ਤਾਂ ਵੱਧ ਹੋਣੀ ਫਿਰ? ਹਾਂਜੀ, ਮੇਰੇ ਨਾਲ ਉੱਚੇ ਹੈਗੇ ਕਾਫੀ। ਭਰਾ ਵੀ ਨੇ ਕੋਈ? ਨਾ, ਇੱਕ ਦੋ ਤੁਹਾਡੇ? ਨਹੀਂ, ਭਰਾ ਨਹੀਂ। ਤਿੰਨੋਂ ਭੈਣਾਂ? ਹਾਂਜੀ, ਅਸੀਂ 4 ਭੈਣਾਂ। 4 ਭੈਣਾਂ। ਜਿਹੜੀ ਚੌਥੀ ਭੈਣ ਹੈ ਫਿਰ? ਉਹ ਬਿਲਕੁਲ ਠੀਕ ਆ, ਮੈਰਿਡ ਹੈ ਉਹ ਵੀ। ਓਕੇ, ਹਾਂਜੀ, ਠੀਕ ਹੈ। ਤੇ ਤੁਸੀਂ ਪਰਿਵਾਰ 'ਚ ਕਿੰਨੇ ਜਣੇ ਰਹਿੰਦੇ ਹੋ ਹੁਣ? ਅਸੀਂ ਮੈਂ ਆਪਣੀ ਮੰਮੀ ਹੁਣਾਂ ਕੋਲ ਹੀ ਰਹਿੰਦੀ ਆ, ਇੱਥੇ ਭੈਣਾਂ ਦੇ ਕੋਲ ਹੀ ਮੰਮੀ ਆ ਮੇਰੇ, ਤੇ ਮੇਰਾ ਬੇਟਾ ਮੈਂ। ਹਾਂਜੀ। ਫਾਦਰ ਸਾਹਿਬ? ਫਾਦਰ ਸਾਹਿਬ ਨਹੀਂ ਹੈਗੇ। ਠੀਕ ਆ। ਮੰਮਾ ਦੀ ਹੈਡ ਤਾਂ ਠੀਕ ਸੀ? ਬਿਲਕੁਲ ਠੀਕ। ਹਾਂਜੀ, ਪਾਪਾ ਵੀ ਠੀਕ ਸੀਗੇ। ਅੱਛਾ, ਜਿਹੜਾ ਤੁਸੀਂ ਕੰਮ ਕਰ ਰਹੇ ਹੋ, ਮੈਂ ਕੈਮਰਾਮੈਨ ਸਾਹਿਬ ਨੂੰ ਬੋਲਦਾ ਇੱਕ ਵਾਰ, ਮਾੜੇ ਜਿਹਾ ਜੂਮ ਉੱਤੇ ਦ੍ਰਿਸ਼ ਵੀ ਆਪਾਂ ਗੱਲ ਕਰਦੇ ਕਰਦੇ ਦਿਖਾ ਦਈਏ। ਇਹ ਰਸਤੇ ਦੇ ਉੱਤੇ ਇਹਨਾਂ ਨੇ ਫੜੀ ਲਾਈ ਹੋਈ ਹੈ, ਦੁਕਾਨ ਲਾਈ ਹੋਈ ਹੈ ਭੈਣਾਂ ਨੇ, ਕੰਮ ਕਰ ਰਹੀਆਂ ਨੇ, ਆਪਦਾ ਹੱਥੀ ਮਿਹਨਤ ਕਰ ਰਹੀਆਂ ਨੇ, ਜਿੱਥੇ ਲੋਕ ਸਾਰਾ ਹੱਥ ਪੈਰ ਹੁੰਦੇ ਹੋਏ ਵੀ ਕੰਮ ਨਹੀਂ ਕਰਦੇ। ਤੁਸੀਂ ਵੀ ਰੋਡ ਤੇ ਦੇਖਦੇ, ਲੋਕ ਭੀਖ ਮੰਗਦੇ ਵੀ ਨਜ਼ਰ ਆਉਂਦੇ ਨੇ, ਪਰ ਸਲੂਟ ਇਹਨਾਂ ਭੈਣਾਂ ਨੂੰ ਜਿਹੜੀਆਂ ਆਪਦੇ ਹੱਥੀ ਰੋਜੀ ਰੋਟੀ ਕਮਾ ਰਹੀਆਂ ਨੇ ਤੇ ਆਪਦੇ ਪਰਿਵਾਰ ਦਾ ਪਾਲਣ ਪੋਸ਼ਣ ਕਰ ਰਹੀਆਂ ਨੇ। ਗੱਲਾਂ ਬਾਤਾਂ ਦਾ ਸਿਲਸਿਲਾ ਲਗਾਤਾਰ ਜਾਰੀ ਆ, ਆਪਾਂ ਕੁਝ ਹੋਰ ਗੱਲਾਂ ਕਰਦੇ ਆ। ਅੱਛਾ ਭੈਣੇ, ਕਿੰਨਾ ਸਮਾਂ ਹੋ ਗਿਆ ਤੁਹਾਨੂੰ ਇਹ ਕੰਮ ਕਰਦਿਆਂ ਨੂੰ?
वैसे हुण जदों दी मेरी मैरिज होई मैं ज्यादातर घरे फ्री रहिंदी सी बेबी नूं संभालण विच ते हुण थोड़ा स्टार्ट कीता आ ਗਾਕੀ ਵਧੀਆ ਰਹਿੰਦੀ ਪਣੇ ਉਹਨੇ ਖੜਦੇ ਲੋਕ ਬਸ ਹਾਂਜੀ ਆ ਹੀ ਜਾਂਦੇ ਆ ਬਾਕੀ ਤੁਹਾਨੂੰ ਪਤਾ ਹੀ ਆ ਜਿਹੜਾ ਲੋਕਾਂ ਨੇ ਦੁਕਾਨ ਤੇ ਜਾਣਾ ਉਹ ਗੱਲ ਲੱਗ ਹੈਗੀ ਆ ਇੱਥੋਂ ਕਿਸੇ ਕਿਸੇ ਨੇ ਲੈਣਾ ਸੋ ਦਰਸ਼ਕੋ ਅਸੀਂ ਤੁਹਾਨੂੰ ਇੱਕ ਗੱਲ ਦੱਸ ਦਈਏ ਕਿਉਂਕਿ ਅਸੀਂ ਸਪੈਸ਼ਲ ਸਾਡੇ ਚੈਨਲ ਤੋਂ ਜਦੋਂ ਇਹ ਗੱਲਬਾਤ ਸੁਣੀ ਕਿਸੇ ਪਰਸਨਲ ਕਿਸੇ ਨਿੱਜੀ ਪੇਜ ਤੋਂ ਤਾਂ ਇਹਨਾਂ ਨੂੰ ਸਪੈਸ਼ਲੀ ਮਿਲਣਾ ਆ ਅਸੀਂ ਜਿਹੜੇ ਇਹਨਾਂ ਨਾਲ ਲੋਕਾਂ ਨਾਲ ਗੱਲਬਾਤ ਕਰਾਉਣਾ ਸਾਡਾ ਸਿਰਫ ਇੱਕੋ ਹੀ ਮਕਸਦ ਹੁੰਦਾ ਕਿ ਇਹੋ ਜਿਹੇ ਲੋਕਾਂ ਨੂੰ ਦੇਖ ਕੇ ਉਹ ਲੋਕ ਵੀ ਪ੍ਰੇਰਣਾ ਲੈਣ ਜਿਹੜੇ ਕਹਿ ਦਿੰਦੇ ਆ ਵੀ ਰੁਜ਼ਗਾਰ ਨਹੀਂ ਚੱਲਦਾ ਪਰ ਲੋਕਾਂ ਨੂੰ ਅਪੀਲ ਵੀ ਕਰਦੇ ਆ ਜਿੱਥੇ ਤੁਸੀਂ ਵੱਡੇ ਵੱਡੇ ਮੌਲਾਂ ਚੋਂ ਵੱਡੀਆਂ ਵੱਡੀਆਂ ਦੁਕਾਨਾਂ ਤੋਂ ਖਰੀਦਦਾਰੀ ਕਰਦੇ ਹੋ ਨਾ ਗਰੀਬ ਲੋਕਾਂ ਕੋਲੇ ਆ ਕੇ ਵੀ ਥੋੜੀ ਬਹੁਤੀ ਖਰੀਦਦਾਰੀ ਕਰ ਲਿਆ ਕਰੋ ਇਹਨਾਂ ਦੇ ਪਰਿਵਾਰ ਦਾ ਪਾਲਣ ਪੋਸ਼ਣ ਤੁਹਾਡੇ ਸਿਰ ਤੇ ਆ ਅੱਛਾ ਆਪਣੇ ਜਦੋਂ ਤੁਸੀਂ ਸ਼ੁਰੂਆਤ ਦੌਰ 'ਚ ਸਟੱਡੀ ਵੀ ਤੁਸੀਂ ਕੀਤੀ ਹੋਣੀ ਉਹ ਕਿਵੇਂ ਸੀਗਾ ਮਾਹੌਲ ਹਾਂਜੀ ਸਟੱਡੀ ਮੈਂ 10th ਤੱਕ ਕੀਤੀ ਹੋਈ ਆ ਬਾਕੀ ਮੈਂ ਕਾਲਜ ਵੀ ਸਟਾਰਟ ਕੀਤਾ ਸੀ ਪਲੱਸ 1 ਚ ਲੱਗੀ ਸੀ ਬਟ ਉੱਥੇ ਨਹੀਂ ਮੈਨੂੰ ਫਰੈਂਡ ਸਰਕਲ ਨਹੀਂ ਅੱਛਾ ਮਿਲਿਆ ਸੀ ਜਿੱਦਾਂ ਉਹਨਾਂ ਨੂੰ ਕਾਫੀ ਪ੍ਰੋਬਲਮ ਸੀ ਮੇਰੀ ਹਾਈਟ ਤੋਂ ਇਦਾਂ ਉਹਨਾਂ ਕਹਿੰਦੇ ਸੀ ਸਾਡੇ ਪੇਰੈਂਟਸ ਕਹਿੰਦੇ ਆ ਵੀ ਨਹੀਂ ਤੁਸੀਂ ਇਹਦੇ ਨਾਲ ਜ਼ਿਆਦਾ ਬੈਠਣਾ ਖਾਣਾ ਪੀਣਾ ਨਹੀਂ ਇਹਨਾਂ ਦੀ ਝੂਠ ਨਹੀਂ ਖਾਣੀ ਫਿਰ ਉਹ ਫੀਲ ਹੋਣ ਲੱਗ ਗਿਆ ਸੀਗਾ ਮਤਲਬ ਅਜੀਬ ਜਿਹਾ ਲੱਪੇ ਸੀਗੀਆਂ ਫਰੈਂਡਸ ਕਰਨ ਫਿਰ ਮੈਂ ਕਾਲਜ ਛੱਡ ਦਿੱਤਾ ਸੀਗਾ ਦੂਜੇ ਭੈਣਾਂ ਵੀ ਪੜੇ ਹੋਏ ਨੇ ਹਾਂਜੀ ਉਹ ਤਾਂ ਪੜ੍ਹ ਉਹ ਵੀ ਪੜ੍ਹੇ ਕਿੰਨੀ ਕਿੰਨੀ ਕਲਾਸ ਕੀਤੀ ਉਹਨਾਂ ਨੇ ਛੋਟੇ ਵਾਲੇ 10 ਪੜ੍ਹੇ ਵੱਡੇ ਵਾਲੇ 8 ਅੱਛੇ ਗੱਲ ਮੈਂ ਹੋਰ ਪੁੱਛਣੀ ਚਾਹੂੰਗਾ ਜਿਵੇਂ ਸਰਕਾਰ ਸਰੀਰਕ ਤੌਰ ਤੇ ਤਰਸ ਦੇ ਆਧਾਰ ਤੇ ਨੌਕਰੀਆਂ ਦੇ ਦਿੰਦੀ ਹੁੰਦੀ ਆ ਬਹੁਤ ਲੋਕਾਂ ਨੂੰ ਤੁਸੀਂ ਕਦੇ ਟਰਾਈ ਨਹੀਂ ਕੀਤਾ ਸਰ ਟਰਾਈ ਤਾਂ ਦੇਖ ਹੈਂਡੀਕੈਪ ਪੋਟੇ ਨੂੰ ਤਾਂ ਬਹੁਤ 10 ਪੜਿਆ ਨੂੰ ਜੋਬ ਨੇ ਪਰ ਸਾਨੂੰ ਦੱਸਦਾ ਕੋਈ ਨਹੀਂ ਪਰ ਅਸੀਂ ਇਹੀ ਦੇਖਿਆ ਸਪਾਰਸ਼ ਤੇ ਹੀ ਨੌਕਰੀਆਂ ਦਿੰਦੇ ਆ ਨਾ ਅਸੀਂ ਸਪਾਰਸ਼ ਦਾ ਪੈਸਾ ਭਰਨ ਜੋਗੇ ਹੈਗੇ ਆ ਤੇ ਨਾ ਸਾਨੂੰ ਕੋਈ ਨੌਕਰੀ ਦਾ ਹੈਗਾ ਆ ਸੋਰਸ ਹਨਾ ਅਸੀਂ ਤਾਂ ਇਹ ਆ ਕਿ ਆਪਣੀ ਮਿਹਨਤ ਕਰਦੇ ਆ ਆਪਣਾ ਹੀ ਜੋ ਵੀ ਸਾਡੇ ਕੋਲੋਂ ਜਿੰਨਾ ਹੋ ਸਕਦਾ ਓਨਾ ਕੁ ਕਰਦੇ ਆ ਸਾਨੂੰ ਤਾਂ ਇੱਦਾਂ ਵੀ ਨਹੀਂ ਜਿੱਦਾਂ ਉਹ ਦੋ ਭੈਣਾਂ ਕਿਤੇ ਜਾ ਨਹੀਂ ਸਕਦੀਆਂ ਉਹ ਕੁਛ ਕਰ ਨਹੀਂ ਸਕਦੀਆਂ ਕੋਈ ਇੱਦਾਂ ਵੀ ਨਹੀਂ ਵੀ ਘਰ ਬੈਠਿਆਂ ਨੂੰ ਕੋਈ ਕੰਮ ਦੇ ਦੇਵੇ ਇੱਦਾਂ ਦਾ ਕੁਛ ਨਹੀਂ ਆ ਤੇ ਹੁਣ ਜਿਵੇਂ ਤੁਸੀਂ ਆ ਟ੍ਰਾਈਸਾਈਕਲ ਤੁਹਾਨੂੰ ਇਹ ਪਰਸਨਲੀ ਮਿਲਿਆ ਕਿ ਕਿਸੇ ਸੁਸਾਇਟੀ ਵੱਲੋਂ ਸਰਕਾਰ ਵੱਲੋਂ ਮਿਲੇ ਹੋਏ ਨੇ ਸਾਨੂੰ ਸੁਸਾਇਟੀ ਵੱਲੋਂ ਹੀ ਮਿਲੇ ਆ ਸਾਨੂੰ ਇੱਥੇ ਭਾਜੀ ਜਾਣਦੇ ਹੈਗੇ ਰਜਿੰਦਰ ਭਾਜੀ ਉਹਨਾਂ ਨੇ ਹੀ ਦਵਾਈ ਆ ਹਾਂਜੀ ਅੱਛਾ ਜਿਵੇਂ ਤੁਸੀਂ ਸਰਕਾਰ ਇੱਕ ਪੈਨਸ਼ਨ ਦਿੰਦੀ ਹੁੰਦੀ ਹੈ ਹੈਂਡੀਕੈਪ ਦੀ ਉਹ ਤਾਂ ਮਿਲਦੀ ਹੋਣੀ ਤੁਹਾਨੂੰ ਹਾਂਜੀ ਉਹ 1500 ਰੁਪਇਆ ਮਿਲਦੀ ਹੈ ਕਿੰਨੇ ਭੈਣਾਂ ਨੂੰ ਮਿਲਦੀ ਆ ਹਾਂਜੀ ਤਿੰਨਾਂ ਭੈਣਾਂ ਅੱਛਾ ਤੇ ਹੁਣ ਵੀ ਕਿਤਨਾ ਕਿਤੇ ਲੋਕ ਬੈਂਕ ਦਾ ਕੱਸਦੇ ਹੋਣੇ ਤੁਰੇ ਜਾਂਦੇ ਆ ਨਾ ਟੀਚਰਾਂ ਕਰਨ ਦੀ ਆਦਤ ਹੁੰਦੀ ਆ ਲੋਕਾਂ ਨੂੰ ਭਣੇ ਉਹ ਤਾਂ ਦੇਖੋ ਇਦਾਂ ਜਿਹੜੇ ਇੱਥੇ ਲੱਗਦੇ ਪਿੰਡ ਵਿੱਚ ਤਾਂ ਨਹੀਂ ਅਸੀਂ ਐਵੇਂ ਝੂਠ ਨਹੀਂ ਬੋਲਦੇ ਜਿੱਦਾਂ ਇੱਥੋਂ ਲੰਘਦੇ ਆ ਅਣਜਾਣ ਲੋਕ ਜਿਹੜੇ ਸਾਨੂੰ ਨਹੀਂ ਜਾਂਦੇ ਤਾਂ ਖੜ ਕੇ ਦੇਖਦੇ ਆ ਹਨਾ ਮਤਲਬ ਉਹ ਕਰਦੇ ਆ ਵੀ ਤੁਸੀਂ ਇੰਨੀਆਂ ਛੋਟੀਆਂ ਹੈਗੀਆਂ ਆ ਇਦਾਂ ਕਾਫੀ ਸਵਾਲ ਕਰਦੇ ਆ ਫਿਰ ਕਹੀਦਾ ਕਿ ਚਲੋ ਕੋਈ ਗੱਲ ਨਹੀਂ ਹੁਣ ਇਦਾਂ ਕਿਤੇ ਕਿਤੇ ਜਵਾਬ ਦੇਵਾਂਗੇ ਹਨਾ ਪਰ ਇਹ ਆ ਕਿ ਜੇ ਜਵਾਬ ਨਹੀਂ ਦੇਵਾਂਗੇ ਚੁੱਪ ਰਵਾਂਗੇ ਲੋਕ ਜ਼ਿਆਦਾ ਤੰਗ ਕਰਦੇ ਆ ਅੱਜ ਦਾ ਸਮਾਂ ਇਦਾਂ ਦਾ ਚੱਲ ਪਿਆ ਵੀ ਹਰ ਗੱਲ ਦਾ ਜਵਾਬ ਦੇਣਾ ਬਹੁਤ ਜ਼ਰੂਰੀ ਹੋ ਗਿਆ ਜੀ ਹਾਂਜੀ ਅੱਛਾ ਜੇ ਸਰਕਾਰ ਤੁਹਾਡੀ ਗੱਲਬਾਤ ਸੁਣ ਰਹੀ ਹੈ ਕੋਈ ਨੁਮਾਇੰਦਾ ਸੁਣਦਾ ਹੋਵੇ ਕੋਈ ਸੋਸ਼ਲ ਮੀਡੀਆ ਦਾ ਬੰਦਾ ਸੁਣਦਾ ਹੋਵੇ ਕੋਈ ਆਪਾਂ ਕਹਿ ਦਈਏ ਸਮਾਜ ਸੇਵੀ ਸੁਣਦਾ ਹੋਵੇ ਉਹਨਾਂ ਨੂੰ ਕੋਈ ਅਪੀਲ ਜਾਂ ਬੇਨਤੀ ਕਰਨਾ ਚਾਹੁੰਦੇ ਹੋ ਸਰ ਬੇਨਤੀ ਤਾਂ ਕੀ ਕਰਨੀ ਆ ਸਾਰੀ ਹੁਣ ਸਾਰੇ ਦੇਖ ਹੀ ਰਹੇ ਆ ਸਾਡੀ ਕਾਫੀ ਸੋਸ਼ਲ ਮੀਡੀਆ ਤੇ ਬਹੁਤ ਜ਼ਿਆਦਾ ਸਾਡੀ ਵਾਇਰਲ ਹੋ ਗਈ ਆ ਵੀਡੀਓ ਲੇਕਿਨ ਅਜੇ ਤੱਕ ਸਾਨੂੰ ਕੋਈ ਕਿਸੇ ਦੀ ਉਹ ਹੈਲਪ ਨਹੀਂ ਦੀ ਹੋਈ ਹੈਗੀ ਬਾਕੀ ਹੁਣ ਦੇਖਦੇ ਆ ਜਦੋਂ ਕੋਈ ਹੋਏਗੀ ਤੇ ਜ਼ਰੂਰ ਅਸੀਂ ਕਵਾਂਗੇ ਦੇਖੋ ਦਾਨੀ ਕਹਿੰਦੇ ਤਾਂ ਬਹੁਤ ਆ ਪਰ ਸਾਡੇ ਤੱਕ ਤਾਂ ਅੱਜ ਤੱਕ ਹਜੇ ਕੋਈ ਫੋਨ ਆਇਆ ਕਿਸੇ ਦਾ ਨਹੀਂ ਸਾਨੂੰ ਕਿਸੇ ਦਾ ਨਹੀਂ ਇੱਕ ਭਾਜੀ ਦੀ ਸਾਨੂੰ ਹੋਇਆ ਸੀਗਾ ਜਿੱਦਾਂ ਹੁਸ਼ਿਆਰਪੁਰ ਤੋਂ ਆਏ ਸੀਗੇ ਭਾਜੀ ਉਹ ਸਾਨੂੰ ਕਹਿ ਕੇ ਗਏ ਆਏ ਵੀ ਸੀ ਸਾਨੂੰ ਘਰ ਮਿਲਣ ਵੀਡੀਓ ਦੇਖ ਕੇ ਆਏ ਸੀ ਉਹ ਕਹਿ ਰਹੇ ਸੀ ਅਸੀਂ ਸ਼ੌਪ ਨਾਲ ਨੂੰ ਪਾ ਕੇ ਦੇਵਾਂਗੇ ਅਸੀਂ ਸਾਰਾ ਸਮਾਨ ਪਵਾ ਕੇ ਦੇਵਾਂਗੇ ਬਾਕੀ ਅਸੀਂ ਸ਼ੌਪ ਦੇਖਦੇ ਪਏ ਆ ਸ਼ੌਪ ਮਿਲ ਗਈ ਤੇ ਭਾਜੀ ਕਾਲ ਕਰਦੇ ਆ ਕਹਿ ਰਹੇ ਸ਼ੌਪ ਲੱਭੋ ਜਦੋਂ ਮਿਲ ਗਈ ਤੇ ਜ਼ਰੂਰ ਪਾਵਾਂਗੇ ਉਹਨਾਂ ਦੀ ਤਾਂ ਸਾਨੂੰ ਸਪੋਰਟ ਹੈ ਅੱਛਾ ਜੇ ਆਪਾਂ ਗੱਲ ਕਰੀਏ ਘਰ ਦੀ ਘਰ ਤੁਹਾਡਾ ਆਪਣਾ ਜਾਂ ਕਿਰਾਏ ਤੇ ਕਿੱਦਾਂ ਰਹਿੰਦੇ ਹੋ ਉਹ ਹਾਲਾਤ ਕਿਵੇਂ ਨੇ ਘਰ ਦੇ ਮੇਰੇ ਮੰਮੀ ਦੇ ਘਰ ਤਾਂ ਮੇਰਾ ਸਾਡਾ ਆਪਣਾ ਹੀ ਘਰ ਆ ਹਾਂਜੀ ਜਿੱਦਾਂ ਸਹੁਰਿਆਂ ਦੇ ਵਿੱਚ ਸਾਡਾ ਕਿਰਾਏ ਤੇ ਰਹਿੰਦੇ ਸੀਗੇ ਮੇਰੇ ਮਦਰ ਇਨ ਲੋ ਆਪਣੇ ਪੇਕਿਆਂ 'ਚ ਹੀ ਰਹਿੰਦੇ ਸੀਗੇ ਅੰਮ੍ਰਿਤਸਰ ਆਪਣਾ ਘਰ ਆ ਪਰ ਉੱਥੇ ਨਹੀਂ ਰਹਿ ਰਹੇ ਤੇ ਉੱਥੇ ਕਿਰਾਏ ਤੇ ਰਹਿ ਰਹੇ ਸੀ ਤੇ ਹਸਬੈਂਡ ਦੀ ਇੰਨੀ ਇਨਕਮ ਨਹੀਂ ਸੀ 7-8 ਹਜ਼ਾਰ ਸੈਲਰੀ ਵਿੱਚੋਂ ਸਾਡਾ ਗੁਜ਼ਾਰਾ ਨਹੀਂ ਸੀ ਹੁੰਦਾ ਕਿਰਾਇਆ ਵੀ ਕੱਢਣਾ ਬਿੱਲ ਵੀ ਕੱਢਣਾ ਸਾਰਾ ਕੁਛ
चलूंगी जो चलना स्टार्ट किया इन्नी ज्यादा वीकनेस आ गई सी, मैं डिगदी सी, हड्डी टुट जांदी सी, दो तीन बार तो मेरी ऐसी हड्डी टुट गई, राड़ भी टुट गई, दोबारा ऑपरेशन होया। फिर मन होंदा कि क्या रब्बा एक तो तू सानू जिंदगी दित्ती, शरीर नू इन्ने कष्ट दे रहे और चक्कण वाले कल्ले मम्मी, मम्मी को इन्नी खेचल नहीं होंदी, हुण अग्गे अग्गे शरीर सियाणा हो रहा, इसके हिसाब नाल हुंदा ही आ, साडा भी हुंदा, हुण सानू फर्क लगदा अपनी बॉडी विच हुण। ऐदा हुंदा कि यार मम्मी साडे इन्ना चक भी नहीं सकदे, घर च होर कोई सांभण वाला नहीं, रब्बा तू सारे दुख सानू ही क्यों दिंदा पिया, इन्हां भैणां दीआं हड्डियां टुट जांदियां, मम्मी नूं बहुत मुश्किल हुंदी इन्हां नूं संभालना, फिर कमाण वाला भी उही बंदा, घर च सानू संभालण वाला भी उही बंदा, और घर नूं च रोटी पानी बनाउण वाला भी उही बंदा, बड़ा मुश्किल हुंदा सी। कई बार अक जांदे आ पर फिर कहिंदा कोई गल नहीं, इह कड़ा टाइम इत्थे ही रहणा, निकल ही जाणा। वाह क्या बात है, बहुत वड्डी गल कही आ भैण ने, कि जिहड़ी टाइम आ ना माड़ा टाइम इदां सदा नहीं रहिंदा, पता नहीं बदल जाना टाइम। तो कुछ गल्लां बातां मेरियां भी मन कहिंदे जदों भावुक हो जांदे हो जे हालात देख के। अच्छा भैणे जदों हुंदा है जिंदा दिल पूरा खुश रहिंदे फिर? हां जी। है ना, ऐदा मायूस सारा दिन हो के क्या करना, अपनी जिंदगी जीवण आए आ, चार दिन हसो खेडो, हसी मजाक किवें हुंदा भैणां नाल, बहुत सर करते फन करते पूरा बातू करते आ। अच्छा, लड़ाई भी हो जाती, अपनी फोन ते भी गल हुई सी, आपा गल्लां बातां हुण भी कर रहे, तो मेनू ऐ जे लगदा भी उहनां नाल हसमुख ज्यादा तुसी हो। नहीं सर, सेम ही आ। अच्छा, हां जी, जे असीं चाहिए कुछ गल्लां करनी कर सकदे हां उहनां नाल। हां जी, हां जी सर। चलो भैण नाल गल्लबात कीती, उधर मेरियां दो भैणां होर बैठियां ने, आपां इहनां नाल भी गल्लबात करांगे, क्योंकि हालात सदा इक्को जिहे नहीं रहिंदे, और पर मैनूं सच्ची खुशी आ कि मैं इहनां भैणां दे कोले आया अज्ज, ते बड़े बड़े कलाकारां दीआं, बड़े बड़े फनकारां अदाकारां दीआं इंटरव्यू दा गल्लबात तुसीं सुणदे हो, पर जिहड़ियां बच्चियां मेरे, मैं तां कह सकदा क्योंकि मेरे इत्थे छोटियां ने साडियां भैणां ने, इहनां नाल भी गल्लबात कर लैणी। हां जी भैणे, किवें फिर वधिया लंघ रही जिंदगी है ना? ते हां जी भैणे, हां जी भाई, सति श्री अकाल। किन्ने साल दे हो? मैं 28 दे। 28 साल। हां जी। ते परमात्मा ते कदे गिला नहीं कीता, लंबा नहीं ते रब नूं अरदास करदे वी रब्बा की करता साडे नाल, खड़े कर देना एकदम पैरा ते, इदा है नी का, हुण जिद्दां दी लाइफ हैगी कटनी तां है ही आ जी। हां जी। अच्छा भाई, मैं तुहानूं भी गल करदा, वोट पाउण जांदे हुंदे हो? खड़का भी दिया करो वोटा पाने, काम तो कम कोई सिर दी छाते मजबूत कर दो। हां जी सर, मैं तो एवं झूठ नहीं बोलती, सारे सुनते होने, मैं तो वोट पानी नहीं जाती। मैं क्या क्यों पानी है, साड़ी कौन सुनता, जो तो पानी होंगे वोटा उदो तो आके एक साल तो साढ़े पैरों च भी डिगन फिरते होंगे, मुड़ के भावे साडे कोई मुड भी बैठा हो, कभी सारी उम्र पुछते नहीं, एक बार वोटा पै जाने जित जान मुड़ के कोई नहीं पुछता, फिर तो कहने भी नहीं आते भाई असं जित गए हैं, दसो तू की चाहिए, ऐदा कोई नहीं पुछता, इसलिए क्यों पाइए वोट अपनिया, उन्होंने वोटा बधाणिया मिन्नत करके, असं क्यों पाइए जब साडा कुछ करना ही नहीं है ना। बाकी ये आ कि चलो लोगों के बथेरे काम संवारते हैं, पर साडे पता नहीं रब ने ही साडी किस्मत इहो जी, लोगों के तो बालिया वाली छत्त वह भी लेंटर पै गए, पैसे आ गए, साडे तो वह भी नहीं किस्म, इन्नी माड़ी किस्मत साडे कभी वह भी नहीं फार्म निकले कोई साडी। चलो अच्छा भैणे, गल मैं होर कहना, इस वीडियो नूं बहुत सारे लोग देखणगे, समाज से भी लोग भी देखणगे, आप तो एक बार मुंह ही बोल के नंबर दस दो लोगों, जो संपर्क करना चाहे समाज से भी
ਤਾਂ ਪਲੀਜ਼ ਮੈਂ ਚਾਹੁੰਦਾ ਵੀ ਤੁਸੀਂ ਉਹਨਾਂ ਨੂੰ ਨੰਬਰ ਬੋਲ ਦਿਓ ਆਪਦਾ ਇੱਕ ਵਾਰੀ ਐਡਰੈਸ ਕਿੱਥੇ ਰਹਿੰਦੇ ਹੋ ਸਰ ਨੰਬਰ ਤਾਂ ਮੈਂ ਪਹਿਲਾਂ ਵੀ ਵੀਡੀਓ 'ਚ ਦਿੱਤਾ ਸੀ ਐਡਾ ਲੋਕ ਗਲਤ ਵੀ ਬਹੁਤ ਕਾਲ ਕਰ ਰਹੇ ਆ ਐਵੇਂ ਬਿਨਾਂ ਮਤਲਬ ਦੇ ਕਾਲ ਕਰ ਰਹੇ ਆ ਜਿਹੜੇ ਹੈਲਪ ਵਾਲੇ ਉਹ ਵੀ ਚਲੋ ਹੈਲਪ ਲਈ ਕਾਲ ਆਈ ਵੀ ਆ ਅਸੀਂ ਕਹਿੰਦੇ ਨਹੀਂ ਪਰ ਹਜੇ ਸਾਡੇ ਕੋਈ ਪਹੁੰਚਿਆ ਨਹੀਂ ਆ ਪਰ ਏਦਾਂ ਬੇਫਜ਼ੂਲ ਕਾਲਸ ਬਹੁਤ ਆ ਰਹੀਆਂ ਸਾਨੂੰ ਹਾਂਜੀ ਬਾਕੀ ਅਸੀਂ ਇਹੀ ਕਵਾਂਗੇ ਕਿ ਨੰਬਰ ਤੁਸੀਂ ਸਾਡਾ ਜ਼ਰੂਰ ਲੈ ਲਓ ਬਟ ਸਾਨੂੰ ਕੋਈ ਵੀ ਮਤਲਬ ਬਿਨਾਂ ਮਤਲਬ ਦੇ ਫੋਨ ਨਾ ਕਰਿਓ ਅਸੀਂ ਕੋਈ ਇੰਨੇ ਵਿਹਲੇ ਨਹੀਂ ਹੈਗੇ ਵੀ ਉੱਤੇ ਹੀ ਫੋਨ ਤੇ ਗੱਲਾਂ ਮਾਰਨ ਨੂੰ ਅਸੀਂ ਕੰਮ ਕਰਦੇ ਆ ਮਿਹਨਤ ਕਰਦੇ ਅਸੀਂ ਵੀ ਆਪਣੇ ਬੱਚੇ ਪਾਲਣੇ ਆ ਇੰਨਾ ਦੱਸ ਦਿਓ ਤੁਸੀਂ ਬੈਠੇ ਕਿੱਥੋਂ ਨੰਬਰ ਵੀ ਨਾ ਬੋਲੋ ਹੁਣ ਕਿਹੜੀ ਜਗ੍ਹਾ ਤੇ ਰਹਿ ਰਹੇ ਆਪਾਂ ਅਸੀਂ ਪੈਟਰੋਲ ਪੰਪ ਆ ਹੁਸ਼ਿਆਰਪੁਰ ਰਾਮਾ ਮੰਡੀ ਤੋਂ ਹੁਸ਼ਿਆਰਪੁਰ ਰੋਡ ਤੇ ਪੈਟਰੋਲ ਪੰਪ ਦੇ ਬਿਲਕੁਲ ਕੋਲ ਆ ਹਾਂਜੀ ਫੁੱਟਪਾਥ ਤੇ ਲਗਾਇਆ ਹੋਇਆ ਸੋ ਦਰਸ਼ਕੋ ਮੈਂ ਇੱਕ ਗੱਲ ਤੁਹਾਨੂੰ ਜ਼ਰੂਰ ਕਹਿਣੀ ਚਾਹੂੰਗਾ ਕਿਉਂਕਿ ਇਹ ਭੈਣਾਂ ਨੇ ਸਰੀਰ ਵੀ ਤੁਸੀਂ ਇਹਨਾਂ ਦੇ ਦੇਖ ਚੁੱਕੇ ਹੋ ਪਹਿਲਾਂ ਵੀਡੀਓ ਵੀ ਅਸੀਂ ਹਾਈਲਾਈਟ ਦੇ ਵਿੱਚ ਦਿਖਾ ਚੁੱਕੇ ਹਾਂ ਇਹਨਾਂ ਨੂੰ ਯਾਰ ਫੋਨ ਕਰਕੇ ਪਰੇਸ਼ਾਨ ਨਾ ਕਰੋ ਕਾਰਨ ਕਿਉਂਕਿ ਜਦੋਂ ਇਹਨਾਂ ਕੋਲ ਇੰਨੇ ਜ਼ਿਆਦਾ ਫੋਨ ਆਉਂਦੇ ਨੇ ਇਹ ਕਈ ਵਾਰੀ ਅਣਜਾਣ ਫੋਨ ਸਮਝ ਕੇ ਚੱਕਦੀਆਂ ਨੇ ਜਦੋਂ ਤੁਸੀਂ ਅੱਗਿਓਂ ਗਲਤ ਬੋਲਦੇ ਹੋ ਜਾਂ ਕੁਛ ਟਾਈਮ ਪਾਸ ਲਈ ਕਾਲ ਕਰਦੇ ਹੋ ਤਾਂ ਹੋ ਸਕਦਾ ਕੋਈ ਸਮਾਜ ਸੇਵੀ ਇਹਨਾਂ ਦੀ ਸੱਚੀ ਮਦਦ ਕਰਨੀ ਚਾਹੁੰਦਾ ਹੋਵੇ ਇਹ ਉਹਨਾਂ ਦਾ ਫੋਨ ਇਗਨੋਰ ਕਰ ਦੇਣਗੇ ਇਹਨਾਂ ਭੈਣਾਂ ਨੂੰ ਉਹੀ ਮਿਲੋ ਉਹੀ ਫੋਨ ਕਰੋ ਜਿਹੜੇ ਇਹਨਾਂ ਦੀ ਮਦਦ ਕਰਨੀ ਚਾਹੁੰਦੇ ਨੇ ਸੋ ਇਹ ਅੱਜ ਜਿਹੜੀ ਤੁਹਾਨੂੰ ਮੈਂ ਗੱਲਬਾਤ ਦਿਖਾਈ ਆ ਉਮੀਦ ਕਰਦਾ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋਗੇ ਤਾਂ ਜੋ ਇਹਨਾਂ ਭੈਣਾਂ ਨੂੰ ਸਰਕਾਰ ਵੱਲੋਂ ਵੀ ਇਨਸਾਫ ਮਿਲ ਸਕੇ ਜਿਹੜੇ ਸਮਾਜ ਸੇਵੀ ਲੋਕ ਨੇ ਉਹ ਵੀ ਇਹਨਾਂ ਦੀ ਕਿਤੇ ਨਾ ਕਿਤੇ ਆ ਕੇ ਮਦਦ ਕਰ ਦੇਣ ਮੈਂ ਮੇਰੇ ਕੈਮਰਾ ਸਹਿਯੋਗੀ ਮਿਸਟਰ ਕੁਲਵੰਤ ਸਿੰਘ ਦੇ ਨਾਲ ਜਗਦੀਪ ਸਿੰਘ ਸਕਾਈ ਨਿਊਜ਼ ਪੰਜਾਬ ਰਾਮਾ ਮੰਡੀ ਜਲੰਧਰ